ਪਿਸਤੌਲ ਦੀ ਨੋਕ ਤੇ ਇੱਕ ਕਬਾੜੀਏ ਦੇ ਕੋਲੋਂ ਲੁੱਟ ਕੀਤੀ ਗਈ ਹੈ। ਦੱਸ ਦਈਏ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਉਂਦੇ ਨੇ, ਮੂੰਹ ਇਹਨਾਂ ਨੇ ਆਪਣੇ ਬੰਨੇ ਹੋਏ ਹੁੰਦੇ ਨੇ ਤੇ ਆਉਂਦੇ ਸਾਰ ਹੀ ਪਹਿਲਾਂ ਕਬਾੜੀਏ ਦੇ ਮੂੰਹ ਤੇ ਥੱਪੜ ਮਾਰਦੇ ਨੇ, ਜਿਸ ਤੋਂ ਬਾਅਦ ਆਪਣਾ ਪਿਸਤੌਲ ਕੱਢਿਆ ਜਾਂਦਾ ਤੇ ਗੱਲੇ ਦੀ ਤਲਾਸ਼ੀ ਲਈ ਜਾਂਦੀ ਹੈ। ਪਰ ਗੱਲੇ ਦੇ ਵਿੱਚ ਜਦੋਂ ਉਹਨਾਂ ਨੂੰ ਕੈਸ਼ ਨਹੀਂ ਮਿਲਦਾ ਤਾਂ ਉਹ ਬਾਹਰ ਆਉਂਦੇ ਨੇ ਤਾਂ ਜੋ ਕਬਾੜੀਏ ਦੇ ਕੋਲ ਇੱਕ ਬੰਦਾ ਕੰਮ ਕਰਦਾ ਉਸਨੂੰ ਵੀ ਡਰਾਉਂਦੇ ਧਮਕਾਉਂਦੇ ਨੇ, ਪਰ ਜਦੋਂ ਉਸਦੇ ਕੋਲੋਂ ਵੀ ਕੁਝ ਨਹੀਂ ਮਿਲਦਾ ਤਾਂ ਉਹ ਕਬਾੜੀਏ ਦੀ ਖੁਦ ਹੀ ਤਲਾਸ਼ੀ ਲੈਣ ਲੱਗਦੇ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਬਾੜੀਏ ਦੀ ਜੇਬ ਦੇ ਵਿੱਚ ਪਿਆ ਕਰੀਬ 40 ਤੋਂ 50 ਹਜ਼ਾਰ ਰੁਪਏ ਲੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਤਿੰਨ ਲੁਟੇਰੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬਾਈਕ ਦੇ ਉੱਤੇ ਹੀ ਬੈਠਾ ਰਹਿੰਦਾ ਅਤੇ ਦੋ ਉੱਠ ਕੇ ਅੰਦਰ ਆਉਂਦੇ ਨੇ। ਆਉਂਦੇ ਸਾਰ ਹੀ ਜੋ ਕਬਾੜੀ ਹੈ ਉਸਦੇ ਮੂੰਹ ਦੇ ਉੱਤੇ ਥੱਪੜ ਮਾਰਦੇ ਨੇ। ਥੱਪੜ ਮਾਰਨ ਤੋਂ ਬਾਅਦ ਪਿਸਤੌਲ ਕੱਢ ਲਿਆ ਜਾਂਦਾ ਅਤੇ ਪਿਸਤੌਲ ਕੱਢਣ ਤੋਂ ਬਾਅਦ ਜਦੋਂ ਉਹਨਾਂ ਨੂੰ ਆਲੇ ਦੁਆਲੇ ਤੋਂ ਕੈਸ਼ ਨਹੀਂ ਮਿਲਦਾ, ਗੱਲਾਂ ਚੈੱਕ ਕੀਤਾ ਜਾਂਦਾ, ਕਾਊਂਟਰ ਚੈੱਕ ਕੀਤਾ ਜਾਂਦਾ, ਤਾਂ ਉਹ ਗੁੱਸੇ ਦੇ ਵਿੱਚ ਆ ਕੇ ਜੋ ਕੋਲ ਬੈਠਾ ਇੱਕ ਬੰਦਾ ਹੁੰਦਾ ਉਸਦੀ ਕੁਰਸੀ ਨੂੰ ਹੀ ਲੱਤ ਮਾਰਦੇ ਨੇ। ਦੋਵੇਂ ਕੁਰਸੀਆਂ ਭਗਾ ਕੇ ਦੂਰ ਗਿਰਦੀਆਂ ਨੇ ਅਤੇ ਇਸ ਤੋਂ ਬਾਅਦ ਦੇ ਵਿੱਚ ਜੋ ਵਿਅਕਤੀ ਹੈ, ਜੋ ਦੁਕਾਨ ਦਾ ਮਾਲਕ ਹੈ, ਉਸਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਉਸਦੀ ਜੇਬ ਦੇ ਵਿੱਚੋਂ ਪਿਆ ਕਰੀਬ 40 ਤੋਂ 50 ਹਜ਼ਾਰ ਰੁਪਏ ਲੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਘਟਨਾ ਕਪੂਰਥਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇਹ ਲੁੱਟ ਦੀ ਵਾਰਦਾਤ ਵਾਪਰੀ ਹੈ। ਉੱਥੇ ਹੀ ਇਸ ਦੁਕਾਨਦਾਰ ਦਾ ਕਹਿਣਾ ਕਿ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਪੁਲਿਸ ਦੇ ਵੱਲੋਂ ਕੀਤਾ ਗਿਆ, ਪਰ ਹਾਲੇ ਤੱਕ ਉਹਨਾਂ ਨੂੰ ਨਹੀਂ ਦਿਖਾਇਆ ਗਿਆ ਕਿ ਉਹ ਗ੍ਰਿਫਤਾਰ ਕੀਤੇ ਗਏ ਵਿਅਕਤੀ ਕਿਹੜੇ ਨੇ। ਹਾਂਜੀ ਭਾਅ ਜੀ, ਕਿੱਦਾਂ ਵਾਪਰੀ ਹੈ ਘਟਨਾ ਜਿਹੜੀ? ਭਾਅ ਜੀ 8:30 ਵਜੇ ਤੱਕ ਦੁਕਾਨ ਖੋਲ੍ਹੀ ਆ ਅਤੇ ਤਿੰਨ ਮੁੰਡੇ ਆਏ ਮੋਟਰਸਾਈਕਲ 'ਤੇ, ਮੂੰਹ ਮੰਨੇ ਆ ਜੀ, ਉਹ ਮੇਰੇ ਕੋਲ ਆਏ ਸਿੱਧੇ ਅਤੇ ਬਸਤੌਲ ਉਹਨਾਂ ਨੇ ਉੱਥੋਂ ਹੀ ਕੱਢ ਲਈ, ਮੇਰੇ ਕੰਡੇ ਦੇ ਲਾਗੇ ਹੋਏ ਬਸਤੌਲ ਕੱਢ ਲਈ ਅਤੇ ਆਣ ਕੇ ਮਤਲਬ ਇੱਧਰ ਮੇਰੇ ਗੱਦੀ ਵੱਲ ਆਏ ਆ, ਗੱਲੇ ਵੱਲ ਉਹਨਾਂ ਨੇ ਮੇਰੇ ਇੱਕ ਥੱਪੜ ਮਾਰਿਆ ਵਾ, ਬਸਤੌਲ ਕੱਢੀ ਆ ਅਤੇ ਮੈਨੂੰ ਜੋ ਵੀ ਲੁੱਟ ਖੋਹ ਕੀਤੀ ਆ, ਗੱਲਾਂ ਗੁੱਲਾਂ ਤੋੜਿਆ, ਗੱਲੇ 'ਚ ਨਹੀਂ ਪੈਸੇ ਹੈਗੇ ਸਰ ਜੀ, ਆਪਾਂ ਝੂਠ ਨਹੀਂ ਮਾਰਨਾ, ਮੇਰੇ ਜੇਬ ਦੇ ਵਿੱਚ 30-40-50 ਹਜ਼ਾਰ ਦੇ ਕਰੀਬ ਹੋਣਾ ਸੀ, ਮੈਂ ਜਾਣਾ ਸੀ ਕਿਤੇ ਪੈਸੇ ਦੇਣ ਅਤੇ ਉਹ ਮੇਰੀ ਜੇਬ 'ਚੋਂ ਕੱਢ ਕੇ ਲੈ ਗਿਆ। ਇੱਕ ਫਾਇਲ ਕੀਤਾ ਵਾ, 5 ਬੰਦਿਆਂ ਵੱਲ ਉਹਨਾਂ ਨੇ ਬਸਤੌਲ ਕੀਤੀ ਆ। ਹਾਂਜੀ, ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਤਲਾਹ ਕੀਤੀ ਆ, ਫੋਨ ਕੀਤਾ ਅਤੇ ਮੁਲਾਜ਼ਮ ਆਏ ਆ ਅਤੇ ਉਹਨਾਂ ਨੇ ਪਤਾ ਨਹੀਂ ਕਹਿਣ ਡਏ ਆ ਵੀ ਸਤਸੰਗ ਘਰ ਦੇ ਲਾਗੇ 3 ਬੰਦੇ ਫੜੇ ਗਏ ਆ। ਹੁਣ ਇਹਨਾਂ ਨੇ ਸਾਨੂੰ ਪਤਾ ਵੀ ਉੱਥੇ ਜਾ ਕੇ ਮੈਂ ਦੇਖਾਂਗਾ ਵੀ ਉਹੀ ਮੋਟਰਸਾਈਕਲ ਆ ਜਾਂ ਉਹੀ ਬੰਦੇ ਨੇ, ਅਤੇ ਫਿਰ ਮਤਲਬ ਉਹਨਾਂ ਨੂੰ ਦੇਖਾਂਗੇ ਵੀ ਚਿੱਟੇ ਰੰਗ ਦਾ ਹੋਣਾ ਅਤੇ ਕੋਲ ਬਸਤੌਲ ਆ ਚਿੱਟੇ ਸਿਲਵਰ ਕਲਰ ਦਾ। ਮੂੰਹ ਬੰਨੇ ਸੀ ਉਹਨਾਂ ਨੇ? ਮੂੰਹ ਤਿੰਨਾਂ ਨੇ ਬੰਨੇ ਆ, ਕੈਮਰੇ 'ਚ ਆਏ ਆ ਅਤੇ ਬਸਤੌਲ ਸਾਡੇ 2 ਮੇਰੇ ਨੌਕਰ ਆ, ਇੱਕ ਮਿਸਤਰੀ ਆਇਆ ਖਾਨਪੁਰ ਤੋਂ ਬੰਦਾ, ਇੱਕ ਬਿੱਲਾ ਗਵਾਂਢੀ ਕਾਰਾਂ ਵਾਲਾ ਬਿੱਲਾ ਕਬਾੜੀਆ ਹੀ ਆ, ਅਤੇ ਉਸ ਤੋਂ ਬਾਅਦ 'ਚ ਇੱਕ ਮੈਂ ਅਸੀਂ 5 ਜਣੇ ਆਏ। ਠੀਕ ਹੈ, ਹਾਂਜੀ। ਉਸ ਤੋਂ ਬਾਅਦ 'ਚ ਲੈ ਕੇ ਸੁਭਾਨਪੁਰ ਨੂੰ ਚਲੇ ਗਏ। ਹੁਣ ਸਰ ਜੀ ਕਹਿਣ ਡਿਆ ਆਪਾਂ ਨੂੰ ਇੰਨਾ ਤਾਂ ਪਤਾ ਨਹੀਂ, ਆਪਾਂ ਤਾਂ ਨਾਲ ਗਏ ਨੇ, ਸਰ ਗਏ ਉਹ ਕਹਿਣ ਡਿਆ ਵੀ ਅਸੀਂ ਸਤਸੰਗ ਘਰ ਦੇ ਲਾਗੇ ਫੜ ਲਏ। ਹੁਣ ਸਾਨੂੰ ਇਹਨਾਂ ਨੇ, ਮੈਂ ਜਾ ਕੇ ਦੇਖਾਂਗਾ, ਮੈਨੂੰ ਮੌਕਾ ਦਿਖਾਇਆ ਜਾਵੇ, ਮੈਨੂੰ ਬਸਤੌਲ ਉਹ ਦਿਖਾਇਆ ਜਾਵੇ, ਮੇਰਾ ਪਰਸ ਵਾ, ਮੇਰੇ ਪੈਸੇ ਆ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹ ਹੀ ਹੈ ਵੀ ਸੁੱਖ ਸ਼ਾਂਤੀ, ਮਤਲਬ ਵੀ ਇੱਦਾਂ ਵੀ ਇੱਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ। ਵੀ ਉਹ ਦੁਕਾਨਦਾਰ ਕਿੱਥੇ ਜਾਊਗਾ? ਦੁਕਾਨਦਾਰ ਨਾ ਦਿਹਾੜੀ ਕਰ ਸਕਦਾ, ਨਾ ਕਿੱਥੇ ਜਾ ਸਕਦਾ, ਹੁਣ ਇੰਨੇ ਬੰਦਿਆਂ ਦੇ ਖਰਚੇ ਆ, ਜੋ ਵੀ ਕਿੱਥੋਂ ਬੰਦਾ ਭਰੇਗਾ? ਜੋ ਵੀ ਜੋ ਫੜਿਆ ਤੜਿਆ ਵਾ, ਜੋ ਵੀ ਮੇਰੇ ਪੈਸੇ ਵਾਪਸ, ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਅਤੇ ਬਸ ਮੇਰੇ ਕੋਲ ਤਾਂ ਇਹੋ ਹੀ ਹੈ ਜੀ।